ਅਫਗਾਨਿਸਤਾਨ ਦੀਆਂ ਅਪਡੇਟਸ ਤੁਹਾਨੂੰ ਦੱਸਦੇ ਹਾਂ ਅਫਗਾਨਿਸਤਾਨ ਤੋਂ ਖਬਰ ਥੋੜੀ ਚਿੰਤਾ ਵਾਲੀ ਹੈ ਕਿਉਂਕਿ ਇੱਥੇ ਤਾਲਿਬਾਨ ਨੇ ਹੁਣ ਬੀਬੀਆਂ ਨੂੰ ਘਰੇ ਡੱਕ ਦਿੱਤਾ ਹੈ ਘਰੇ ਰਹਿਣ ਦੀ ਜਿਹੜੀ ਸਲਾਹ ਹੈ ਉਹ ਦਿੱਤੀ ਗਈ ਹੈ ਇਸ ਨੂੰ ਹੁਕਮ ਵੀ ਕਿਹਾ ਜਾ ਸਕਦਾ ਹੈ ਤਾਲਿਬਾਨ ਨੇ ਕਿਹਾ ਕਿ ਕੰਮਕਾਜੀ ਔਰਤਾਂ ਫਿਲਹਾਲ ਘਰੇ ਹੀ ਰਹਿਣ ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਹੈ ਕਿ ਕੰਮਕਾਜੀ ਅਫਗਾਨੀ ਔਰਤਾਂ ਨੂੰ ਫਿਲਹਾਲ ਜਦੋਂ ਤੱਕ ਢੁਕਵੀਂ ਪ੍ਰਣਾਲੀ ਅਮਲ ਦੇ ਵਿੱਚ ਨਹੀਂ ਆ ਜਾਂਦੀ ਉਦੋਂ ਤੱਕ ਘਰਾਂ ਦੇ ਵਿੱਚ ਰਹਿਣ ਦੇ ਲਈ ਕਿਹਾ ਗਿਆ ਤਾਂ ਜੋ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਆ ਸਕੇ ਇਸ ਦੇ ਨਾਲ ਹੀ ਤਾਲਿਬਾਨ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਜਬੀ ਹੁਲਾ ਮੁਜਾਹਿਦ ਨੇ ਇਹ ਵੀ ਕਹਿ ਦਿੱਤਾ ਹੈ ਕਿ ਇਹ ਸਿਰਫ ਇੱਕ ਆਰਜੀ ਪ੍ਰਕਿਰਿਆ ਹੈ ਜਦੋਂ ਸਭ ਕੁਝ ਨਾਰਮਲ ਹੋ ਜਾਏਗਾ ਤਾਂ ਬੀਬੀਆਂ ਘਰੋਂ ਬਾਹਰ ਆ ਸਕਣਗੀਆਂ ਹਾਲ ਦੀ ਘੜੀ ਉਹਨਾਂ ਨੂੰ ਘਰਾਂ ਚ ਬੰਦ ਕਰ ਦਿੱਤਾ ਗਿਆ ਹੈ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਾ ਮਤਲਬ ਹੈ ਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਜੇ ਨਿਕਲਣਗੀਆਂ ਤੇ ظاہر ਤੌਰ ਤੇ ਕੋਈ ਨਾ ਕੋਈ ਸਜ਼ਾ ਜਿਹੜੀ ਉਸ ਦਾ ਪ੍ਰਬਧਾਨ ਵੀ ਰੱਖਿਆ ਗਿਆ ਹੋਵੇਗਾ ਜਿਹੜਾ ਡਰ ਔਰਤਾਂ ਦੇ ਮਨ ਸਿਮਨ ਦੇ ਵਿੱਚ ਸੀ ਅਫਗਾਨਿਸਤਾਨ ਦੀਆਂ ਔਰਤਾਂ ਦੇ ਮਨ ਦੇ ਵਿੱਚ ਕਿ ਤਾਲਿਬਾਨ ਦੇ ਰਾਜ ਤੋਂ ਬਾਅਦ ਸਾਡੇ ਨਾਲ ਕੀ ਹੋਏਗਾ ਉਸ ਦਾ ਇੱਕ ਥੋੜਾ ਜਿਹਾ ਸੰਕੇਤ ਮਿਲ ਗਿਆ ਪਰ ਜੇ ਯਕੀਨ ਕਰ ਲਿਆ ਜਾਵੇ ਕਿ ਜਦੋਂ ਟੁਕਵੀ ਪ੍ਰਣਾਲੀ ਅਮਲ 'ਚ ਆਉਗੀ ਉਦੋਂ ਘਰੋਂ ਬਾਹਰ ਨਿਕਲਣ ਦਿੱਤਾ ਜਾਊਗਾ ਉਹ ਵੱਖਰੀ ਗੱਲ ਹੈ ਵਿਸ਼ਵ ਬੈਂਕ ਨੇ ਅਫਗਾਨਿਸਤਾਨ ਦੀ ਵਿੱਤੀ ਮਦਦ ਨੂੰ ਰੋਕ ਦਿੱਤਾ ਹੈ World Bank ਨੇ Taliban ਦੇ ਅਧਿਕਾਰ ਹੇਠ ਹੋਣ ਤੋਂ ਬਾਅਦ ਆਪਣੇ ਤਾਜ਼ਾ ਫੈਸਲੇ ਦੇ ਵਿੱਚ ਇਹ ਫੈਸਲਾ ਲਿਆ ਹੈ ਕਿ ਅਫਗਾਨਿਸਤਾਨ ਨੂੰ ਹੁਣ ਅਸੀਂ ਵਿੱਤੀ ਮਦਦ ਨਹੀਂ ਦੇਵਾਂਗੇ ਬੈਂਕ ਨੇ ਕਿਹਾ ਕਿ Taliban ਦੇ ਸੱਤਾ ਵਿੱਚ ਆਉਣ ਨਾਲ ਦੇਸ਼ ਦੀਆਂ ਖਾਸ ਕਰਕੇ ਔਰਤਾਂ ਦੀ ਤਰੱਕੀ ਦੀਆਂ ਸੰਭਾਵਨਾਵਾਂ ਤੇ ਕਾਫੀ ਅਸਰ ਪਏਗਾ ਵਿਸ਼ਵ ਬੈਂਕ ਦੇ ਸਹਿਲਾਨ ਤੋਂ ਇੱਕ ਦਿਨ ਪਹਿਲਾਂ ਹੀ ਕੋਮਾਂਤਰੀ ਮੁਦਰਾਕੋਸ਼ ਯਾਨੀ ਕਿ IMF ਨੇ ਵੀ ਅਫਗਾਨਿਸਤਾਨ ਨੂੰ ਮਿਲਣ ਵਾਲੀ ਮਦਦ ਰੋਕ ਦਿੱਤੀ ਸੀ ਬਾਈਡਨ ਪ੍ਰਸ਼ਾਸਨ ਨੇ ਵੀ ਅਮਰੀਕਾ ਕੋਲ ਪਏ ਅਫਗਾਨ ਰਿਜ਼ਰਵ ਬੈਂਕ ਦੇ ਸੰਪਤੀ ਨੂੰ ਫ੍ਰੀਜ਼ ਕਰ ਦਿੱਤਾ ਗਿਆ 2002 ਤੋਂ ਲੈ ਕੇ ਵਿਸ਼ੇ ਬੈਂਕ ਨੇ ਅਫਗਾਨਿਸਤਾਨ ਦੇ ਪੁਨਰ ਨਿਰਮਾਣ ਲਈ ਕਰੀਬ 5.5 ਬਿਲੀਅਨ ਡਾਲਰ ਦੀ ਰਾਸ਼ੀ ਜਾਰੀ ਕੀਤੀ ਹੈ ਵਿਸ਼ੇ ਬੈਂਕ ਦੇ ਸਟਾਫ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਸੀਂ ਬੈਂਕ ਦੀ ਸਾਰੀ ਟੀਮ ਨੂੰ ਸੁਰੱਖਿਅਤ ਕੱਢ ਕੇ ਪਾਕਿਸਤਾਨ ਪਹੁੰਚਾ ਦਿੱਤਾ ਹੈ ਸੋ ਇਥੇ ਵਿਸ਼ਬ ਬੈਂਕ ਦਾ ਜਿਹੜਾ ਇਹ ਤਰਕ ਹੈ ਕਿ ਤਾਲਿਬਾਨ ਦੇ ਰਾਜ ਦੇ ਵਿੱਚ ਔਰਤਾਂ ਦੀ ਤਰੱਕੀ ਹੈ ਜਿਹੜੀ ਉਸ ਦੀਆਂ ਸੰਭਾਵਨਾਵਾਂ ਦੇ ਉੱਤੇ ਅਸਰ ਪਏਗਾ ਕਾਫੀ ਇਹ ਜਿਹੜਾ ਬਿਆਨ ਹੈ ਇਸ ਦੇ ਕਰਕੇ ਹੋ ਸਕਦਾ ਹੈ ਕਿ ਤਾਲਿਬਾਨ ਬੀਬੀਆਂ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਜਿਹੜੀਆਂ ਪਾਬੰਦੀਆਂ ਨੇ ਉਹ ਨਾ ਲਾਵੇ ਕਿਉਂਕਿ ਅਫਗਾਨਿਸਤਾਨ ਨੂੰ ਜ਼ਾਹਿਰ ਤੌਰ ਤੇ ਵਿਸ਼ਵ ਬੈਂਕ ਦੀ ਜਾਂ ਫਿਰ ਆਈਐਮਐਫ ਦੀ ਮਦਦ ਤਾਂ ਚਾਹੀਦੀ ਹੈ ਅਫਗਾਨਿਸਤਾਨ ਜਿਹੜਾ ਹੈਗਾ ਉਹ ਇੱਕ ਵਿਕਸਿਤ ਮੁਲਕ ਨਹੀਂ ਹੈ ਵਿਕਾਸਸ਼ੀਲ ਮੁਲਕ ਹੈ ਤੇ ਹੁਣ ਤਾਂ ਉੱਥੇ ਹਾਲਾਤ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਨੇ ਹੋ ਸਕਦਾ ਹੈ ਕਿ ਅਫਗਾਨਿਸਤਾਨ ਵਿੱਤੀ ਮਦਦ ਲੈਣ ਦੀ ਮਜਬੂਰੀ ਦੇ ਵਿੱਚ ਹੀ ਔਰਤਾਂ ਨੂੰ ਜਿਹੜਾ ਹੈਗਾ ਪਾਬੰਦੀਆਂ ਤੋਂ ਰਹਿਤ ਕਰ ਦੇਵੇ ਤੇ ਇਹ ਔਰਤਾਂ ਦੇ ਲਈ ਕਾਫੀ ਸੌਖਾ ਹੋਏਗਾ ਟੋਕੀਓ ਦੇ ਵਿੱਚ ਪੈਰਾ 올림픽ਸ ਖੇਡਾਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਇੱਥੇ ਅਫਗਾਨਿਸਤਾਨ ਦਾ ਝੰਡਾ ਤਾਂ ਸ਼ਾਮਿਲ ਹੋਇਆ ਪਰ ਖਿਡਾਰੀ ਨਹੀਂ ਸ਼ਾਮਿਲ ਹੋਏ ਅਫਗਾਨਿਸਤਾਨ ਦੇ ਖਿਡਾਰੀ ਹਿੱਸਾ ਨਹੀਂ ਲੈ پا ਰਹੇ ਪਰ ਖੇਡਾਂ ਦੇ ਉਦਘਾਟਨੀ ਸਮਾਰੋਹ ਦੇ ਵਿੱਚ ਅਫਗਾਨਿਸਤਾਨ ਦਾ ਝੰਡਾ ਜ਼ਰੂਰ ਸ਼ਾਮਿਲ ਹੋਇਆ ਦੋ ਖਿਡਾਰੀਆਂ ਜ਼ਾਕਿਆ ਖੁਦਾਦਾਦੀ ਅਤੇ ਹੌਸ਼ਨੀ ਰਸੌਲੀ ਨੂੰ ਪੈਰਾਟਾਇਕ ਵਾਂਡੋ ਦੇ ਵਿੱਚ ਭੇਜਿਆ ਜਾਣਾ ਸੀ ਪਰ ਜਿਵੇਂ ਅਫਗਾਨਿਸਤਾਨ ਦੇ ਇਸ ਵਕਤ ਹਾਲਾਤ ਬਣੇ ਹੋਏ ਨੇ ਦੋਵੇਂ ਖਿਡਾਰੀ ਵੀ ਉਹਨਾਂ ਹਜ਼ਾਰਾਂ ਅਫਗਾਨੀਆਂ ਦੇ ਵਿੱਚ ਸ਼ਾਮਲ ਨੇ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਨੇ ਜੋ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਮਲਕ ਨੂੰ ਛੱਡ ਨਹੀਂ 파ਰੇ ਹਾਲਾਂਕਿ ਕੌਮਾਂਤਰੀ ਪੈਰਾਓਲੰਪਿਕ ਕਮੇਟੀ ਨੇ ਦੱਸਿਆ ਕਿ ਉਹਨਾਂ ਨੂੰ ਦੋਵਾਂ ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਇਸਵਰੀ ਖੇਡਾਂ ਦੇ ਵਿੱਚ ਉਹ ਸ਼ਾਮਿਲ ਨਹੀਂ ਹੋਏ 25 ਅਗਸਤ ਹੋ ਗਈ ਹੈ ਤੇ ਤਾਲਿਬਾਨ ਨੇ ਜਿਹੜੀ ਡੈਡਲਾਈਨ ਦਿੱਤੀ ਹੋਈ ਹੈ ਅਮਰੀਕਾ ਨੂੰ ਕਿ 31 ਅਗਸਤ ਤੱਕ ਤੁਹਾਡੇ ਸਾਰੇ ਫੌਜੀ ਇੱਥੋਂ ਚਲੇ ਜਾਣੇ ਚਾਹੀਦੇ ਨੇ ਉਸ ਡੈਡਲਾਈਨ ਦੀ ਅਮਰੀਕਾ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਕਰ ਰਿਹਾ ਹੈ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਫੌਜ ਵਾਪਸੀ ਦੀ 31 ਅਗਸਤ ਦੀ ਡੈਡਲਾਈਨ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦਾ ਬਾਈਡਨ ਦਾ ਇਹ ਬਿਆਨ ਉਸ ਵਕਤ ਹੋਇਆ ਜਦੋਂ ਅਮਰੀਕਾ ਦੇ ਉੱਤੇ ਡੈਡਲਾਈਨ ਨੂੰ ਵਧਾਉਣ ਦਾ ਦਬਾਅ ਪੈ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਨੇ ਜੀ 7 ਦੇਸ਼ਾਂ ਦੇ ਲੀਡਰਾਂ ਦੀ ਅਫਗਾਨਿਸਤਾਨ ਤੇ ਬੁલાਏ ਗੇ ਐਮਰਜੈਂਸੀ ਬੈਠਕ ਤੋਂ ਬਾਅਦ ਇਹ ਬਿਆਨ ਦਿੱਤਾ ਹੈ ਕਈ ਮੁਲਕਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਤੋਂ ਫੌਜ ਵਾਪਸੀ ਦੀ ਤੈਅ ਡੈਡਲਾਈਨ ਨੂੰ ਹੋਰ ਅੱਗੇ ਪਾ ਦਿੱਤਾ ਜਾਵੇ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਫੌਜੀਆਂ ਦੇ ਉੱਥੇ ਨਾ ਰਹਿਣ ਤੋਂ ਬਾਅਦ ਕਾਬੁਲ 에ਅਰਪੋਰਟ ਸੁਰੱਖਿਅਤ ਨਹੀਂ ਰਹਿ ਸਕੇਗਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਾਬੁਲ 에ਅਰਪੋਰਟ ਹੈ ਜਿਹੜਾ ਉਹ ਅਮਰੀਕੀ ਫੌਜੀਆਂ ਅਤੇ ਨੈਟੋ ਫੌਜੀਆਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਪਰ ਜਦੋਂ 31 ਅਗਸਤ ਤੱਕ ਇਹ ਬਾਹਰੀ ਜਿਹੜੇ ਫੌਜੀ ਨੇ ਸਾਰੇ ਵਾਪਸ ਚਲੇ ਜਾਣਗੇ ਤਾਂ ਉਸ ਤੋਂ ਬਾਅਦ ਉਥੋਂ ਦੇ ਲੋਕਾਂ ਦਾ ਕੀ ਹਸ਼ਰ ਹੋਏਗਾ ਇਹ ਸਿਰਫ ਤਾਲਿਬਾਨ ਹੀ ਜਾਣਦਾ ਹੈ ਸੋ ਅਮਰੀਕਾ ਤਾਂ 31 ਅਗਸਤ ਤੱਕ ਉਥੋਂ ਚਲਾ ਜਾਵੇਗਾ ਪਰ ਯੂਨ ਨੇ ਅਫਗਾਨਿਸਤਾਨ ਦੇ ਵਿੱਚ ਹੀ ਰਹਿਣ ਦਾ ਵਾਅਦਾ ਕੀਤਾ ਹੈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੀਨੀਓ ਗੋਟੇਰੇਸ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਸਿਆਸੀ ਉਥਲ-ਪੁਥਲ ਦੇ ਬਾਵਜੂਦ ਸਾਡੀ ਸੰਸਥਾ ਉਥੇ ਹਾਜ਼ਰ ਰਹੇਗੀ ਅਸੀਂ ਦੇਸ਼ ਵਿੱਚ ਰਹਾਂਗੇ ਜੋ ਸਾਡੇ ਤੋਂ ਹੋ ਸਕਿਆ ਉਹ ਕਰਾਂਗੇ ਸਾਡੀਆਂ ਟੀਮਾਂ ਹੁਣ ਵੀ ਮੁਲਕ ਦੇ ਵਿੱਚ ਨੇ ਸੰਯੁਕਤ ਰਾਸ਼ਟਰ ਤੋਂ ਇਲਾਵਾ ਹੋਰ ਵੀ ਕਈ ਕਮਾਂਤਰੀ ਸੰਸਥਾਾਂ ਮੈਂ ਕਹਿ ਚੁੱਕੀਆਂ ਨੇ ਕਿ ਅਸੀਂ ਅਫਗਾਨਿਸਤਾਨ ਦੇ ਵਿੱਚ ਕੰਮ ਕਰਦੇ ਰਹਾਂਗੇ ਅਫਗਾਨਿਸਤਾਨ ਤੇ ਤਾਲਿਬਾਨ ਦੇ ਵੱਲੋਂ ਆਪਣਾ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਇਸਲਾਮਿਕ ਸਟੇਟ ਯਾਨੀ ਕਿ ਆਈਐਸ ਦੇ ਸਮਰਥਨ ਵਾਲੇ ਮੀਡੀਆ ਗਰੁੱਪ ਹਰਕਤ ਦੇ ਵਿੱਚ ਆ ਰਹੇ ਨੇ ਇਹਨਾਂ ਮੀਡੀਆ ਚੈਨਲਾਂ ਨੇ ਇੰਟਰਨੈਟ ਤੇ ਤਾਲਿਬਾਨ ਦੇ ਵਿਰੁੱਧ ਪ੍ਰਚਾਰ ਕਰਨ ਲਈ ਆਨਲਾਈਨ ਮੁਹਿੰਮ ਹੈ ਜਿਹੜੀ ਉਹ ਛੇੜ ਦਿੰਦੀ ਹੈ ਇਹ ਜਿਹੜੀ ਮੁਹਿੰਮ ਹੈ ਆਈਐਸ ਦੀ ਉਹ 16 ਅਗਸਤ ਨੂੰ ਹੀ ਤੇਜ਼ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਦੇ ਕੁਝ ਹਿੱਸਿਆਂ ਤੇ ਕੰਟਰੋਲ ਕਰਨ ਤੋਂ ਬਾਅਦ ਕਾਬੁਲ ਤੇ ਵੀ ਕਬਜ਼ਾ ਕਰ ਲਿਆ ਸੀ ਪਰ 19 ਅਗਸਤ ਤੋਂ ਤਾਂ ਆਈਐਸ ਦੀ ਮੀਡੀਆ ਮੁਹਿੰਮ ਨੇ ਕਾਫੀ ਤੇਜ਼ੀ ਫੜ ਲਈ ਹੈ 19 ਅਗਸਤ ਨੂੰ ਹੀ ਇਸਲਾਮਿਕ ਸਟੇਟ ਨੇ ਤਾਲਿਬਾਨ ਤੇ ਆਪਣਾ ਅਧਿਕਾਰਿਕ ਬਿਆਨ ਜਾਰੀ ਕੀਤਾ ਸੀ ਤੇ ਨਾਲ ਹੀ ਤਾਲਿਬਾਨ ਨੂੰ ਅਮਰੀਕਾ ਦਾ ਪਿੱਠੂ ਵੀ ਦੱਸਿਆ ਸੀ ਇਸਲਾਮਿਕ ਸਟੇਟ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਵਿੱਚ ਜੋ ਕੁਝ ਵਾਪਰਿਆ ਉਹ ਤਾਲਿਬਾਨ ਨਹੀਂ ਬਲਕਿ ਅਮਰੀਕਾ ਦੇ ਜਿੱਤ ਨੂੰ ਦਰਸਾਉਂਦਾ ਕਿਉਂਕਿ ਤਾਲਿਬਾਨ ਇਸ ਵਿਚਾਰ ਨੂੰ ਅੱਗੇ ਵਧਾਉਣ 'ਚ ਸਫਲ ਹੋ ਗਿਆ ਕਿ ਜਿਹੜੇ ਕੱਟੜਪੰਥੀ ਗਰੁੱਪ ਹੈਗੇ ਨੇ ਉਹਨਾਂ ਦੇ ਲਈ ਅੱਗੇ ਵਧਣ ਦਾ ਰਾਹ ਗੱਲਬਾਤ ਰਾਹੀਂ ਸੰਭਵ ਹੈ ਆਈਐਸ ਦੇ ਹਮਾਇਤੀ ਗਰੁੱਪਾਂ ਨੇ 16 ਅਗਸਤ ਤੋਂ ਲੈ ਕੇ ਹੁਣ ਤੱਕ 22 ਪ੍ਰੋਪਾਗੈਂਡਾ ਲੇਖ ਨੇ ਜਿਹੜੇ ਉਹ ਪਬਲਿਸ਼ ਕੀਤੇ ਨੇ ਜੋ ਕਿ ਜ਼ਿਆਦਾਤਰ ਪੋਸਟਰਾਂ ਦੇ ਰੂਪ ਚ ਨੇ ਇਹਦੇ ਨਾਲ ਹੀ ਫ੍ਰੈਂਚ ਭਾਸ਼ਾ ਦੇ ਵਿੱਚ ਅਨੁਵਾਦ ਕੀਤੇ ਗਏ ਤਿੰਨ ਪੋਸਟਰ ਵੀ ਨੇ ਇਹਨਾਂ ਪੋਸਟਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਤੇ ਆਈਐਸ ਦੇ ਸਮਰਥਨ ਵਾਲੇ ਸਰਵਰ ਰਾਕਟ ਚੈਟ ਤੇ ਜਾਰੀ ਕੀਤਾ ਗਿਆ ਹੈ ਤੇ ਤਾਲਿਬਾਨ ਦੇ ਪੂਰਾ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਆਈਐਸ ਜਿੱਥੇ ਤਾਲਿਬਾਨ ਨੂੰ ਅਮਰੀਕਾ ਦਾ ਪਪੇਟ ਦੱਸ ਰਿਹਾ ਹੈ ਕਠਪੁਤਲੀ ਦੱਸ ਰਿਹਾ ਹੈ ਉੱਥੇ ਹੀ ਅਲ ਕਾਇਦਾ ਨੇ ਤਾਲਿਬਾਨ ਨੂੰ ਵਧਾਈ ਦਿੱਤੀ ਹੈ ਅਲ ਕਾਇਦਾ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਤੇ ਮੁੜ ਕਬਜ਼ਾ ਕਰਨ ਦੀ ਵਧਾਈ ਦਿੱਤੀ ਅਲ ਕਾਇਦਾ ਦੀ ਦੱਖਣ ਏਸ਼ੀਆ ਇਕਾਈ ਨੇ ਬਿਆਨ ਜਾਰੀ ਕਰਕੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਕੰਟਰੋਲ ਦਾ ਕਬਜ਼ੇ ਦਾ ਜਿਹੜਾ ਸਵਾਗਤ ਕੀਤਾ ਹੈ ਅਲ ਕਾਇਦਾ ਇਨ ਇੰਡੀਅਨ ਸਬਕਾਂਤੀਨੈਂਟ ਨਾਮ ਵਾਲੇ ਇਸ ਗਰੁੱਪ ਨੇ ਆਪਣੇ ਵਧਾਈ ਸੁਨੇਹੇ ਦੇ ਵਿੱਚ ਦੁਆ ਕੀਤੀ ਹੈ ਕਿ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਕਾਮਯਾਬੀ ਨਾਲ ਸ਼ਰੀਆ ਕਾਨੂੰਨ ਲਾਗੂ ਕਰ ਸਕੇ ਉਰਦੂ ਭਾਸ਼ਾ ਵਿੱਚ ਲਿਖੇ ਇਸ ਬਿਆਨ ਨੂੰ ਅਲ ਕਾਇਦਾ ਦਾ ਸਮਰਥਨ ਕਰਨ ਵਾਲੇ ਇੱਕ ਚੈਨਲ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਤੇ 23 ਅਗਸਤ ਨੂੰ ਸਾਂਝਾ ਕੀਤਾ ਸੀ ਅਫਗਾਨਿਸਤਾਨ ਦੀਆਂ ਅਪਡੇਟਸ ਦੇ ਦਰਮਿਆਨ ਭਾਰਤ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਆ ਰਹੇ ਹਿੰਦੂ ਅਤੇ ਸਿੱਖਾਂ ਦੇ ਭਾਰਤ ਵਿੱਚ ਮੁੜ ਵਸੇਬੇ ਨੂੰ ਸੁਖਾਲਾ ਬਣਾਇਆ ਜਾਵੇ ਨਾਲ ਹੀ ਉਹਨਾਂ ਨੇ ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਹਰਸਿਮਰਤ ਨੇ ਟਵੀਟ ਕੀਤਾ ਕਿ ਸਾਨੂੰ ਅਫਗਾਨਿਸਤਾਨ ਦੇ ਵਿੱਚ ਸਿਰਫ ਹਿੰਦੂ ਤੇ ਸਿੱਖ ਭਰਾਵਾਂ ਨੂੰ ਮੌਤ ਤੋਂ ਹੀ ਨਹੀਂ ਬਚਾਉਣਾ ਚਾਹੀਦਾ ਸਗੋਂ ਉਹਨਾਂ ਨੂੰ ਇੱਥੇ ਰਹਿਣ ਥਾਂ ਵੀ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਆਪਣੀ ਧਰਤੀ ਹੈ ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਸੀਏਏ ਵਿੱਚ ਸੋਧ ਕਰਕੇ ਉਹਨਾਂ ਦੇ ਪਹਿਲਤਾ ਦੇ ਆਧਾਰ ਤੇ ਮੁਰ ਵਸੇਬੇ ਨੂੰ ਸੁਖਾਲਾ ਬਣਾਇਆ ਜਾਵੇ ਕਿਉਂਕਿ ਸਾਨੂੰ ਸਿਰਫ ਜ਼ਿੰਦਗੀਆਂ ਜਾਣ ਦਾ ਹੀ ਡਰ ਨਹੀਂ ਹੈ ਬਲਕਿ ਉੱਥੇ ਜਿਹੜੇ ਦੁਰਲੱਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਪਾਵਨ ਸਰੂਪ ਨੇ ਉਹਨਾਂ ਦੇ ਵੀ ਗੁਆਚੇ ਜਾਣ ਦਾ ਡਰ ਹੈ ਸੋ ਇਹ ਅਫਗਾਨਿਸਤਾਨ ਦੀਆਂ ਅੱਜ ਦੀਆਂ ਅਹਿਮ ਅਪਡੇਟਸ ਹਨ ਰੋਜ਼ਾਨਾ ਦੀਆਂ ਅਪਡੇਟਸ ਤੁਹਾਨੂੰ ਦੱਸਦੇ ਰਹਾਂਗੇ ਉਦੋਂ ਤੱਕ ਜਦੋਂ ਤੱਕ ਅਫਗਾਨਿਸਤਾਨ ਦੇ ਵਿੱਚ ਹਾਲਾਤ ਨਾਰਮਲ ਨਹੀਂ ਹੋ ਜਾਂਦੇ ਧੰਨਵਾਦ